ਕਿ ਮੈਨੂੰ ਗੋਲੀ ਮਾਰ ਦਿਓ ਜੇ ਤੁਹਾਨੂੰ ਮੇਰੇ ਤੋਂ ਇੰਨਾ ਡਰ ਲੱਗਦਾ। ਮੇਰੇ ਘਰ ਦੇ ਮੇਰੇ ਦਰਵਾਜ਼ੇ ਦੇ ਅੱਗੇ ਪੁਲਿਸ ਬੈਰੀਕੇਡਿੰਗ ਕਰ ਰਹੀ ਹੈ ਕਿ ਕਿਸਾਨਾਂ ਨੂੰ ਅਗਰ ਰੋਕਣਾ ਸੀਗਾ, ਅਗਰ ਕੱਲ੍ਹ ਧਰਨੇ ਸੀਗੇ ਤਾਂ ਘੱਟੋ ਘੱਟ ਘਰ ਤੋਂ 500 ਮੀਟਰ ਜਾਂ 200 ਮੀਟਰ 'ਤੇ ਉਹਨਾਂ ਨੂੰ ਰੋਕਦੇ। ਕਿਸਾਨ ਮੇਰਾ ਵਿਰੋਧ ਨਹੀਂ ਕਰਦੇ, ਮੈਂ ਜਿੱਥੇ ਵੀ ਜਾਂਦੀ ਹਾਂ ਮੈਂ ਚੋਣ ਰੈਲੀ ਵੀ ਕਰਦੇ ਹੋ, ਤੁਸੀਂ ਚੋਣ ਪ੍ਰਚਾਰ ਵੀ ਤੁਹਾਡੇ ਵੱਲੋਂ ਕੀਤਾ ਜਾਂਦਾ, ਫਿਰ ਕੱਲ੍ਹ ਹੀ ਇਹ ਕਿਉਂ ਹੋਇਆ ਸਭ? ਦੇਖੋ ਮੈਂ ਅੱਜ ਵੀ ਕਹਿੰਦੀ ਹਾਂ ਕਿਸਾਨ ਨਹੀਂ ਹੈਗੇ, ਕਿਸਾਨ ਤਾਂ ਸਾਡੀ ਰੈਲੀ 'ਚ ਬੈਠੇ ਸੀ, ਕਿਸਾਨ ਤਾਂ ਕੱਲ੍ਹ ਵੀ ਮਾਨਸਾ ਸਾਡੀ ਰੈਲੀ 'ਚ ਬੈਠੇ ਸੀ। ਜਿਹੜੇ ਮੇਰੇ ਘਰ ਦੇ ਅੱਗੇ ਧਰਨਾ ਦੇ ਰਹੇ ਸੀ ਉਹ ਤਾਂ ਬਾਦਲਾਂ ਦੇ ਬੰਦੇ। ਬੀਜੇਪੀ ਦੇ ਬਹੁਤ ਸਾਰੇ ਕੈਂਡੀਡੇਟ ਕਹਿੰਦੇ ਹੁੰਦੇ ਆ, ਕਹਿੰਦੇ ਵੀ ਇਹ ਥੋੜ੍ਹੇ ਜਿਹੇ ਬੰਦੇ ਆ, ਕੋਈ ਕਈ ਇਹ ਕਹਿ ਦਿੰਦੇ ਆ ਵੀ ਅਸੀਂ 1-2 ਤਰੀਕ ਤੋਂ ਬਾਅਦ ਇਹਨਾਂ ਨੂੰ ਵੇਖ ਲਾਂਗੇ, ਕੋਈ ਕਹਿੰਦੇ ਵੀ ਇਹ ਮੁੱਠੀ ਭਰ ਨੇ, ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਵੇਖ। ਚੋਣ ਮੁਹਿੰਮ ਬਿਲਕੁਲ ਪੱਕੀ ਹੋਈ ਹੈ, ਦਿਨ ਥੋੜ੍ਹੇ ਰਹਿ ਗਏ ਨੇ, ਚੋਣ ਪ੍ਰਚਾਰ ਦੇ ਵਿੱਚ ਲਗਾਤਾਰ ਕੈਂਡੀਡੇਟ ਲੱਗੇ ਹੋਏ ਆ, ਲੋਕ ਬਹੁਤ ਉਤਸ਼ਾਹਿਤ ਨੇ। ਬਠਿੰਡਾ ਦੇ ਵਿੱਚ ਮੌਜੂਦ ਹਾਂ, ਬੀਬਾ ਪਰਮਪਾਲ ਕੌਰ ਮਲੂਕਾ ਦੇ ਨਾਲ ਮੁਲਾਕਾਤ ਕਰਾਂਗੇ, ਬੀਜੇਪੀ ਦੇ ਚਿੰਨ੍ਹ ਤੋਂ ਚੋਣ ਲੜ ਰਹੇ ਨੇ। ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰਾਈਮ ਏਸ਼ੀਆ 'ਤੇ ਜੀ। ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਮੇਰੇ ਨਾਲ ਗੱਲ ਕਰਨ ਆਏ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਡਮ, ਚੋਣ ਕਿਸ ਤਰ੍ਹਾਂ ਚੱਲ ਰਹੀ ਹੈ, ਕਿਸ ਤਰ੍ਹਾਂ ਦਾ ਹੁੰਗਾਰਾ ਜਿਹੜਾ ਮਿਲ ਰਿਹਾ ਹੈਗਾ? ਹੁੰਗਾਰਾ ਬਹੁਤ ਵਧੀਆ ਮਿਲ ਰਿਹਾ ਜੀ। ਕੱਲ੍ਹ ਸ਼੍ਰੀਮਤੀ ਸਮ੍ਰਿਤੀ ਰਾਣੀ ਜੀ ਦੀ ਰੈਲੀ ਸੀਗੀ ਮਾਨਸਾ ਵਿਖੇ, 4 ਘੰਟੇ 2 ਵਜੇ ਤੋਂ ਲੈ ਕੇ 6 ਵਜੇ ਤੱਕ 48 ਡਿਗਰੀ ਟੈਂਪਰੇਚਰ ਦੇ ਵਿੱਚ ਮੇਰੇ ਵੀਰ ਅਤੇ ਭੈਣ ਉੱਥੇ ਸ਼੍ਰੀਮਤੀ ਸਮ੍ਰਿਤੀ ਰਾਣੀ ਜੀ ਨੂੰ ਉਡੀਕਦੇ ਰਹੇ, ਉੱਥੇ ਬੈਠੇ ਰਹੇ, ਕੋਈ ਹਿੱਲਿਆ ਨਹੀਂ ਜਿੰਨਾ ਚਿਰ ਮੈਂ ਇਹ ਨਹੀਂ ਕਿਹਾ ਕਿ ਵੀ ਵੀਰੋ ਹੁਣ ਆਮ ਆਦਮੀ ਪਾਰਟੀ ਅਤੇ ਬਾਦਲ ਦਲ ਰਲ ਚੁੱਕੇ ਹੈ ਅਤੇ ਉਹ ਆਪਣਾ ਸ਼੍ਰੀਮਤੀ ਸਮ੍ਰਿਤੀ ਰਾਣੀ ਜੀ ਦਾ ਚੌਪਰ ਲੈਂਡ ਕਰਨ ਦੇ ਵਿੱਚ ਪ੍ਰਸ਼ਾਸਨ ਸਹਿਯੋਗ ਨਹੀਂ ਦੇ ਰਿਹਾ, ਤਾਂ ਉਹਨਾਂ ਚਿਰ ਲੋਕ ਉੱਥੋਂ ਹਿੱਲੇ। ਅਸਲ ਵਿੱਚ ਹੋਇਆ ਕੀ ਸੀਗਾ? ਕਹਿੰਦੇ ਵੀ ਜਦੋਂ ਕੇਂਦਰੀ ਮੰਤਰੀ ਆਉਂਦੇ ਨੇ ਤਾਂ ਉਹਨਾਂ ਦਾ ਚੌਪਰ ਲੈਂਡ ਨੂੰ ਲੈ ਕੇ ਬਹੁਤ ਦਿੱਕਤਾਂ ਆਈਆਂ, ਕਿਉਂਕਿ ਤੁਸੀਂ ਵੀ ਉੱਥੇ ਉਡੀਕ ਕਰਦੇ ਰਹੇ, ਲੋਕ ਵੀ ਉਡੀਕ ਕਰਦੇ ਰਹੇ। ਦੇਖੋ ਚੌਪਰ ਲੈਂਡਿੰਗ ਦੇ ਵਿੱਚ ਦਿੱਕਤ ਆਉਣੀ ਨਹੀਂ ਸੀ ਚਾਹੀਦੀ, ਟ੍ਰੇਨਡ ਪਾਇਲਟ ਹੈਲੀਕਾਪਟਰ ਨੂੰ ਚਲਾ ਰਿਹਾ ਸੀਗਾ, ਅਤੇ ਇਹ ਤਾਂ ਹੋ ਨਹੀਂ ਸਕਦਾ ਵੀ ਉਹਨੂੰ ਲੈਂਡਿੰਗ ਨਾ ਆਉਂਦੀ ਹੋਵੇ, ਇਹ ਤਾਂ ਸਹਿਯੋਗ ਪ੍ਰਸ਼ਾਸਨ ਨੇ ਕਰਨਾ ਹੁੰਦਾ, ਉਹਨਾਂ ਨੂੰ ਸਿਗਨਲ ਦੇਣੇ ਹੁੰਦੇ, ਉਹਨਾਂ ਨੂੰ ਕੋਆਰਡੀਨੇਟ ਦੇਣੇ ਹੁੰਦੇ ਹੈ, ਉਹਨਾਂ ਨੂੰ ਸਮੱਸਿਆ ਆਈ, ਉਹਨਾਂ ਨੂੰ ਪ੍ਰੋਪਰਲੀ ਗਾਈਡ ਨਹੀਂ ਕੀਤਾ ਗਿਆ ਅਤੇ ਚੌਪਰ ਉੱਥੇ ਲੈਂਡ ਨਹੀਂ ਕਰ ਸਕਿਆ, ਬਲਕਿ ਕੱਲ੍ਹ ਸਵੇਰ ਤੋਂ ਹੀ ਸ਼ਰਾਰਤਾਂ ਸ਼ੁਰੂ ਹੋ ਗਈਆਂ ਸੀ। ਮੇਰੇ ਘਰ ਦੇ ਮੇਰੇ ਦਰਵਾਜ਼ੇ ਦੇ ਅੱਗੇ ਪੁਲਿਸ ਬੈਰੀਕੇਡਿੰਗ ਕਰ ਰਹੀ ਹੈ ਕਿ ਕਿਸਾਨਾਂ ਨੂੰ ਅਗਰ ਰੋਕਣਾ ਸੀਗਾ, ਅਗਰ ਕੱਲ੍ਹ ਧਰਨੇ ਸੀਗੇ ਤਾਂ ਘੱਟੋ ਘੱਟ ਘਰ ਤੋਂ 500 ਮੀਟਰ ਜਾਂ 200 ਮੀਟਰ 'ਤੇ ਉਹਨਾਂ ਨੂੰ ਰੋਕਦੇ। ਇਹ ਨੀਗਾ ਕਿ ਮੇਰੇ ਘਰ ਦੇ ਦਰਵਾਜ਼ੇ ਨੂੰ ਬੈਰੀਕੇਡ ਕਰ ਦਿਓ, ਮੈਂ ਹੁਣੇ ਤੁਹਾਨੂੰ ਵੀਡੀਓ ਦਿਖਾਉਂਦੀ ਹਾਂ ਜੋ ਕੱਲ੍ਹ ਸਵੇਰੇ ਦਾ ਹਾਲ ਸੀਗਾ, ਪਰ ਅਸੀਂ ਕਿਵੇਂ ਨਾ ਕਿਵੇਂ ਦੇਖੋ। ਬਿਲਕੁਲ ਜੀ, ਹਾਂ ਇਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਵੀ ਕਿਵੇਂ ਮੇਰੇ ਘਰ ਦੀ ਬੈਰੀਕੇਡਿੰਗ ਹੋਈ ਵੀ ਸੀ, ਮੇਰੇ ਬੱਚੇ ਅੰਦਰ ਸੀਗੇ, ਕਿਸਾਨਾਂ ਦਾ ਤੰਬੂ, ਮੇਰੇ ਕਿਸਾਨ ਨਹੀਂ ਮੈਂ ਕਹੂੰਗੀ, ਉਹ ਉਹਨਾਂ ਦੇ ਕਿਸਾਨਾਂ ਦੇ ਭੇਸ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਬਾਦਲਾਂ ਦੇ ਬੰਦੇ ਸੀਗੇ ਜਿਹੜੇ ਇੱਥੇ ਤੰਬੂ ਲਾ ਕੇ ਮੇਰੇ ਘਰ ਦੇ ਅੱਗੇ ਬੈਠ ਗਏ, ਔਰ ਬੈਰੀਕੇਡ ਬਿਲਕੁਲ ਮੇਰੇ ਦਰਵਾਜ਼ੇ 'ਤੇ ਸੀ, ਅੰਦਰ ਮੇਰੇ ਬੱਚੇ ਅਤੇ ਮੇਰੇ ਘਰ ਦੀ ਸਿਕਿਉਰਿਟੀ, ਮੇਰੇ ਕੋਲ ਵਾਈ ਪਲੱਸ ਸਿਕਿਉਰਿਟੀ, ਉਹਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਜੇ ਇਹਨਾਂ ਲੋਕਾਂ ਨੇ ਬਾਦਲਾਂ ਅਤੇ ਆਪ ਵਾਲਿਆਂ ਨੇ ਆ ਕੇ ਮੇਰੇ ਐਨ ਦਰਵਾਜ਼ੇ ਦੇ ਉੱਤੇ ਤੰਬੂ ਗੱਡਣਾ। ਪੁਲਿਸ ਦਾ ਰੋਲ ਤੁਹਾਡੇ ਸਾਹਮਣੇ ਹੈ, ਚੌਪਰ ਨੂੰ ਗਾਈਡ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਰਾਜਨਾਥ ਸਿੰਘ ਜੀ ਦੀ ਰੈਲੀ ਵੇਲੇ ਵੀ ਸਾਨੂੰ ਪਹਿਲਾਂ ਕਹਿ ਕੇ ਕਿ ਤੁਹਾਡੀ ਸਟੇਡੀਅਮ ਦੀ ਤੁਹਾਨੂੰ ਮਨਜ਼ੂਰੀ ਮਿਲ ਚੁੱਕੀ ਹੈ, ਫਿਰ ਚਿੱਠੀ ਦੇਣ ਵੇਲੇ ਉਹ ਮਨਜ਼ੂਰੀ ਕੈਂਸਲ ਕੀਤੀ ਗਈ। ਮੇਰੇ NOC ਤੋਂ ਪਹਿਲਾਂ ਮੈਨੂੰ ਜਵਾਬ ਦਿੱਤਾ ਗਿਆ, ਮੇਰੀ ਰਿਟਾਇਰਮੈਂਟ ਤੋਂ ਮੈਨੂੰ ਜਵਾਬ ਦਿੱਤਾ ਗਿਆ, ਬਾਦਲ ਅਤੇ ਆਪ ਇੰਨਾ ਡਰ ਗਏ। ਮੈਂ ਤਾਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਵਾਰ ਵਾਰ ਕਿ ਮੈਨੂੰ ਗੋਲੀ ਮਾਰ ਦਿਓ ਜੇ ਤੁਹਾਨੂੰ ਮੇਰੇ ਤੋਂ ਇੰਨਾ ਡਰ ਲੱਗਦਾ, ਪਰ ਤੁਸੀਂ ਇਹ ਦੇਖੋ ਮੈਂ ਅੱਜ ਤੱਕ ਚੋਣ ਮੈਦਾਨ ਦੇ ਵਿੱਚ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਡਟੀ ਹੋਈ ਹਾਂ, ਮੇਰੇ ਵੀਰ ਭੈਣ ਮੇਰੇ ਨਾਲ ਹੈ। ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ 1 ਜੂਨ ਨੂੰ
ਝਾੜੂ ਦਾ ਵੀ ਤੀਲਾ ਤੀਲਾ ਕਰ ਦਿਓ ਤੇ ਬਾਦਲਾਂ ਨੂੰ ਵੀ ਇੱਥੋਂ ਦਫਾ ਕਰੋ। ਮੈਂ ਤਾਂ ਇਹੀ ਬੇਨਤੀ ਕਰਨ ਕਾਰਨ ਕੀ ਲੱਗਦਾ ਜੀ ਤੁਹਾਨੂੰ ਵੀ ਇਹ ਸਾਰੇ ਦੇ ਪਿੱਛੇ ਕਾਰਨ ਕੀ ਹੋ ਸਕਦਾ ਵੱਡਾ? ਇਹ ਆਪਸ ਦੇ ਵਿੱਚ ਰਲ ਗਏ, ਇਹਨਾਂ ਨੇ ਸੀਟ ਦੀ ਐਡਜਸਟਮੈਂਟ ਸੰਗਰੂਰ ਅਤੇ ਬਠਿੰਡਾ ਦੀ ਕਰ ਲਈ, ਅਤੇ ਕਿਉਂਕਿ ਇਹ ਲੋਕਾਂ ਨੂੰ ਤਾਂ ਇਹ ਬੇਵਕੂਫ਼ ਸਮਝਦੇ ਹੈ, ਜਿਹੜਾ ਇਹ ਲੋਕਾਂ ਨੂੰ ਕਹਿੰਦੇ ਹੈ ਕਿ ਵੀ ਜੀ ਪਹਿਲਾਂ ਇੱਥੇ ਆਪ ਵਾਲੇ ਵੋਟਾਂ ਇਕੱਠੀਆਂ ਕਰਨਗੇ, ਫਿਰ ਉਹ ਕਹਿਣਗੇ ਕਿ ਹਰਸਿਮਰਤ ਨੂੰ ਪਾ ਦਿਓ। ਇਵੇਂ ਜਿਕਰੀ ਸੰਗਰੂਰ ਦੇ ਵਿੱਚ ਉਹ ਆਪ ਲਈ ਹਰ ਬਾਦਲ ਦੇ ਕੈਂਡੀਡੇਟ ਵਾਸਤੇ ਵੋਟਾਂ ਮੰਗ ਕੇ ਆਪ ਨੂੰ ਪਵਾਉਣਗੇ। ਸੋ ਇਹ ਜਿਹੜੇ ਹੈਗੇ ਆ ਇਹ ਲੋਕਾਂ ਨੂੰ ਤਾਂ ਇਹ ਆਈ ਸਮਝਦੇ ਆ ਵੀ ਜਿੱਧਰ ਨੂੰ ਅਸੀਂ ਕਹਾਂਗੇ ਲੋਕ ਉੱਧਰ ਨੂੰ ਤੁਰ ਪੈਣਗੇ। ਲੋਕ ਸਿਆਣੇ ਹੋ ਚੁੱਕੇ ਆ, ਲੋਕ ਪੰਜਾਬ ਦਾ ਭਲਾ ਚਾਹੁੰਦੇ ਆ, ਅਮਨ ਸ਼ਾਂਤੀ ਚਾਹੁੰਦੇ ਆ, ਉਹ ਸਰਕਾਰ ਚਾਹੁੰਦੇ ਆ ਜਿਹੜੀ ਦੂਜੇ ਸੂਬਿਆਂ ਦੇ ਵਿੱਚ ਵਧੀਆ ਪ੍ਰਸ਼ਾਸਨ ਦੇ ਰਹੀ ਹੈ, ਅਤੇ ਦੂਜੇ ਸੂਬਿਆਂ ਦੇ ਵਿੱਚ ਮੱਧ ਪ੍ਰਦੇਸ਼ ਗੁਜਰਾਤ ਦੇ ਵਿੱਚ ਲੋਕ ਅਮਨ ਅਮਾਨ ਨਾਲ ਉੱਥੋਂ ਦਾ ਵਿਕਾਸ ਵੀ ਹੋ ਰਿਹਾ, ਉੱਥੇ ਨੌਕਰੀਆਂ ਵੀ ਬੱਚਿਆਂ ਨੂੰ ਮਿਲ ਰਹੀਆਂ, ਉੱਥੇ ਅਮਨ ਸ਼ਾਂਤੀ ਅਮਨ ਕਾਨੂੰਨ ਦਾ ਰਾਜ ਹੈ। ਉਹੋ ਜਿਹਾ ਰਾਜ ਲੋਕ ਹੁਣ ਚਾਹੁੰਦੇ ਆ ਕਿ ਪੰਜਾਬ 'ਚ ਆਵੇ। ਤੁਸੀਂ ਅਕਸਰ ਇਹ ਗੱਲ ਕਹਿੰਦੇ ਆਉਂਦੇ ਸੀ ਵੀ ਕਿਸਾਨ ਮੇਰਾ ਵਿਰੋਧ ਨਹੀਂ ਕਰਦੇ, ਮੈਂ ਜਿੱਥੇ ਵੀ ਜਾਂਦੀ ਹਾਂ ਮੈਂ ਚੋਣ ਰੈਲੀ ਵੀ ਕਰਦੇ ਹੋ, ਤੁਸੀਂ ਚੋਣ ਪ੍ਰਚਾਰ ਵੀ ਤੁਹਾਡੇ ਵੱਲੋਂ ਕੀਤਾ ਜਾਂਦਾ, ਫਿਰ ਕੱਲ੍ਹ ਹੀ ਇਹ ਕਿਉਂ ਹੋਇਆ ਸਭ ਕੁਛ? ਦੇਖੋ ਮੈਂ ਅੱਜ ਵੀ ਕਹਿੰਦੀ ਹਾਂ ਇਹ ਕਿਸਾਨ ਨਹੀਂ ਹੈਗੇ ਸਾਡੇ। ਮੈਂ ਆਪਣੇ ਪਿੰਡ ਗਈ ਸੀ, ਉੱਥੇ ਇੱਕ ਵੀ ਬੰਦਾ ਸਾਡੇ ਪਿੰਡੋਂ ਨਹੀਂ ਸੀਗਾ ਕੋਈ ਕਿਸਾਨ ਹੋਵੇ। ਕਿਸਾਨ ਤਾਂ ਸਾਡੀ ਰੈਲੀ 'ਚ ਬੈਠੇ ਸੀ, ਕਿਸਾਨ ਤਾਂ ਕੱਲ੍ਹ ਵੀ ਮਾਨਸਾ ਸਾਡੀ ਰੈਲੀ 'ਚ ਬੈਠੇ ਸੀ, ਤੁਸੀਂ ਦੇਖੀਆਂ ਹੋਣੀਆਂ ਫੋਟੋਆਂ ਉਸ ਰੈਲੀ ਦੇ ਵਿੱਚ, ਕਿੰਨੇ ਵੀਰ ਪਿੰਡਾਂ ਤੋਂ ਆਏ ਸੀ, ਜਿਹੜੇ ਪਿੰਡਾਂ ਤੋਂ ਆਏ ਸੀ ਉਹ ਸਾਰੇ ਕਿਸਾਨ ਜਾਂ ਕਿਸਾਨੀ ਨਾਲ ਲਿੰਕਡ ਮਜ਼ਦੂਰ ਹੀ ਹੁੰਦੇ ਆ। ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਗੇ, ਕਿਸਾਨ ਤਾਂ ਉੱਥੇ ਬੈਠੇ ਸੀ ਜਿਹੜੇ ਮੇਰੇ ਘਰ ਦੇ ਅੱਗੇ ਧਰਨਾ ਦੇ ਰਹੇ ਸੀ, ਉਹ ਤਾਂ ਬਾਦਲਾਂ ਦੇ ਬੰਦੇ ਅਤੇ ਭਗਵੰਤ ਮਾਨ ਦੇ ਬੰਦੇ ਸੀ। ਤਾਂ ਕਿੰਨੀਆਂ ਕੁ ਮੁਸ਼ਕਲਾਂ ਕੱਲ੍ਹ ਆਈਆਂ, ਕਿਉਂਕਿ ਬੈਰੀਕੇਡਿੰਗ ਬਹੁਤ ਸੀ, ਤਾਂ ਪਿੱਛੋਂ ਤੱਕ ਬੈਰੀਕੇਡਿੰਗ ਸੀਗੀ, ਇੱਥੇ ਗੇਟ ਦੇ ਅੱਗੇ ਨਾਰੇ ਲੱਗ ਰਹੇ ਸੀ। ਹਾਂ ਮੈਂ ਇਹੀ ਕਹਿੰਦੀ ਹਾਂ ਕਿ ਜੇ ਬੈਰੀਕੇਡਿੰਗ ਕਰਨੀ ਸੀ ਪੁਲਿਸ ਘੱਟੋ ਘੱਟ ਅੱਧਾ ਕਿਲੋਮੀਟਰ 'ਤੇ ਤਾਂ ਜਾ ਕੇ ਕਰਦੀ ਬੈਰੀਕੇਡਿੰਗ। ਮੇਰਾ ਆਉਣ ਸਾਰ ਪਹਿਲਾਂ ਬੈਰੀਕੇਡਿੰਗ ਮੇਰੇ ਘਰ ਦੀ ਕਰ ਲਈ, ਫਿਰ ਉਹਨਾਂ ਦਾ ਤੰਬੂ ਮੇਰੇ ਘਰ ਦੇ ਨਾਲ ਲਵਾ ਲਿਆ, ਫਿਰ ਤਾਂ ਪੁਲਿਸ ਦੀ ਮੈਨੂੰ ਲੋੜ ਹੀ ਨਹੀਂ ਸੀ ਜੇ ਉੱਥੇ ਤੰਬੂ ਹੀ ਲੱਗ ਜਾਣਾ ਸੀ। ਮੈਂ ਬੈਰੀਕੇਡਿੰਗ ਤੋਂ ਕੀ ਕਰਾਉਣੀ ਸੀ, ਸਗੋਂ ਸਾਡੇ ਵਰਕਰਾਂ ਨੂੰ ਰੁਕਾਵਟ ਆਈ, ਵਰਕਰ ਘਰ ਦੇ ਵਿੱਚ ਨਹੀਂ ਸੀ ਜਾ ਸਕਦੇ, ਨਾ ਕੋਈ ਅੰਦਰ ਆ ਸਕਦਾ ਸੀ ਘਰ ਦੇ, ਨਾ ਕੋਈ ਘਰ ਤੋਂ ਬਾਹਰ ਜਾ ਸਕਦਾ ਸੀ। ਇਹ ਤਾਂ ਸ਼ੁਕਰ ਮਨਾਓ ਕਿ ਮੈਂ ਪਹਿਲਾਂ 5 ਮਿੰਟ ਇੱਥੋਂ ਚਲੀ ਗਈ ਸੀ, ਵਰਨਾ ਰੈਲੀ ਦੇ ਵਿੱਚ ਮੈਂ ਨਹੀਂ ਸੀ ਸ਼ਾਮਿਲ ਹੋ ਸਕਣਾ। ਸੋ ਮੇਰੀ ਤਾਂ ਇਹੀ ਬਾਹਰ ਬੈਠੇ ਕਿਸਾਨ ਕਹਿ ਰਹੇ ਸੀਗੇ, ਕਹਿੰਦੇ ਵੀ ਅਸੀਂ ਤਾਂ ਇਹ ਜਿਹੜਾ ਅੱਜ ਦਾ ਵਿਰੋਧ ਪ੍ਰਦਰਸ਼ਨ ਰੱਖਿਆ ਵੀ ਸਾਡੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਉਹ ਸਾਡੇ ਲਈ ਗਲਤ ਸ਼ਬਦਾਵਲੀ ਵਰਤਦੇ ਨੇ, ਸਾਨੂੰ ਗਲਤ ਸ਼ਬਦਾਂ ਦੇ ਨਾਲ ਬੋਲਦੇ ਨੇ। ਮੈਂ ਕੋਈ ਗਲਤ ਸ਼ਬਦਾਵਲੀ ਨਹੀਂ ਵਰਤੀ, ਮੈਂ ਤਾਂ ਇਹੀ ਕਹਿੰਦੀ ਰਹੀ ਹਾਂ ਕਿ ਮੈਂ ਕਿਸਾਨ ਦੀ ਧੀ ਹਾਂ, ਕਿਸਾਨ ਮੇਰੇ ਨਾਲ ਹੈ, ਅਤੇ ਮੈਂ ਅੱਜ ਵੀ ਕਹਿੰਦੀ ਹਾਂ ਕਿਸਾਨ ਮੇਰਾ ਵਿਰੋਧ ਨਹੀਂ ਕਰ ਰਹੇ, ਇਹ ਤਾਂ ਬਾਦਲਾਂ ਦੇ ਬੰਦੇ ਹੈ ਅਤੇ ਭਗਵੰਤ ਮਾਨ ਦੇ ਬੰਦੇ ਹੈ, ਕਿਸਾਨ ਤਾਂ ਸਾਡੀ ਰੈਲੀ 'ਚ ਬੈਠੇ ਸੀ। ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਵੀ ਇਹ ਤਾਂ ਸਾਡੇ ਆਪਦੇ ਘਰ ਦੇ ਮੈਂਬਰ ਨੇ, ਮਲੂਕਾ ਪਰਿਵਾਰ ਸਾਡੇ ਆਪਦੇ ਘਰ ਦਾ ਮੈਂਬਰ ਆ, ਬਾਹਰ ਬੈਠਿਆ ਨੇ, ਕਹਿੰਦੇ ਪਰ ਇਹ ਗਲਤ ਹੱਥੀ ਚੜ ਗਏ। ਕਿਸੇ ਗਲਤ ਹੱਥੀ ਨਹੀਂ ਚੜੇ, ਅਮਨ ਕਾਨੂੰਨ ਜੇ ਪੰਜਾਬ ਦੇ ਵਿੱਚ ਆ ਸਕਦਾ ਤਾਂ ਸਾਰੀਆਂ ਪਾਰਟੀਆਂ ਦੇਖ ਲਈਆਂ ਲੋਕਾਂ ਨੇ, ਬਾਦਲਾਂ ਤੋਂ ਅੱਕ ਕੇ ਵੋਟਾਂ ਪਾਈਆਂ ਝਾੜੂ ਨੂੰ, ਅਤੇ ਝਾੜੂ ਹੁਣ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਹਦਾ ਕਿੰਨਾ ਮਾੜਾ ਹਾਲ ਹੈ। ਮਜ਼ਦੂਰ ਕੋਈ ਜੇ ਸ਼ਹਿਰ ਤੋਂ 500 ਰੁਪਇਆ ਕਮਾ ਕੇ ਜਾਂਦਾ ਉਹ ਵੀ ਅਨਸੇਫ ਮਹਿਸੂਸ ਕਰਦਾ ਕਿ ਪਤਾ ਨਹੀਂ ਪਿੰਡ ਤੱਕ ਜਾਂਦਾ ਕੋਈ ਮੇਰੇ ਤੋਂ ਰੋਕ ਕੇ ਮੋਟਰਸਾਈਕਲ ਨਾ ਖੋਲੇ, ਜਾਂ ਕੋਈ ਸਕੂਟਰੀ ਜਾਂ ਸਾਈਕਲ ਜਿਹੜੇ 'ਤੇ ਵੀ ਉਹ ਜਾ ਰਿਹਾ ਹੁੰਦਾ ਜਾਂ 500 ਰੁਪਇਆ ਨਾ ਜੇਬ 'ਚੋਂ ਕੱਢ ਲਏ। ਸੋ ਪੰਜਾਬ ਦੇ ਵਿੱਚ ਸਥਿਤੀ ਤੁਸੀਂ ਇਹ ਵੀ ਦੇਖੋ ਵੀ ਕਿੰਨਾ ਨਸ਼ਾ ਵਿਕ ਰਿਹਾ, ਬੁਰਾ ਹਾਲ ਹੈ। 6-7 ਭੋਗ ਤਾਂ ਮੈਂ ਇਹਨਾਂ ਦਿਨਾਂ ਦੇ ਵਿੱਚ ਨੌਜਵਾਨਾਂ ਦੇ ਅਟੈਂਡ ਕੀਤੇ ਹੈ। ਹੁਣ ਪੰਜਾਬ ਜੇ ਸੁਧਰ ਸਕੂਗਾ ਤਾਂ ਬੀਜੇਪੀ ਹੀ ਉਸ ਨੂੰ ਸੁਧਾਰ ਸਕਦੀ ਹੈ, ਕਿਉਂਕਿ ਬੀਜੇਪੀ ਪਹਿਲਾਂ ਵੀ ਦੂਜੇ ਸੂਬਿਆਂ ਦੇ ਵਿੱਚ ਵਧੀਆ ਪਰਫੋਰਮ ਕਰ ਰਹੀ ਹੈ, ਤਾਂ ਹੀ ਵਾਰ ਵਾਰ ਉੱਥੋਂ ਜਿੱਤ ਰਹੀ ਹੈ। ਸੋ ਮੈਂ ਤਾਂ ਇਹ ਕਹੂੰਗੀ ਕਿ ਵੀ ਜਿਹੜੇ ਬਾਹਰ ਬੈਠੇ ਸੀ ਉਹ ਕਿਸਾਨ ਨਹੀਂ ਸੀਗੇ,
ਉਹ ਆਪ ਦੇ ਅਤੇ ਬਾਦਲਾਂ ਦੇ ਬੰਦੇ ਸੀ। ਬੀਜੇਪੀ ਦੇ ਬਹੁਤ ਸਾਰੇ ਕੈਂਡੀਡੇਟ ਕਹਿੰਦੇ ਹੁੰਦੇ ਆ, ਕਹਿੰਦੇ ਵੀ ਇਹ ਥੋੜ੍ਹੇ ਜਿਹੇ ਬੰਦੇ ਆ, ਕੋਈ ਕਈ ਇਹ ਕਹਿ ਦਿੰਦੇ ਆ ਵੀ ਅਸੀਂ 1-2 ਤਰੀਕ ਤੋਂ ਬਾਅਦ ਇਹਨਾਂ ਨੂੰ ਵੇਖ ਲਾਂਗੇ, ਕੋਈ ਕਹਿੰਦੇ ਵੀ ਇਹ ਮੁੱਠੀ ਭਰ ਨੇ, ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ? ਨਹੀਂ, ਮੈਂ ਦੇਖੋ ਪੰਜਾਬ ਦੇ ਵਿੱਚ ਕਿਸਾਨ ਤਾਂ ਮੁੱਠੀ ਭਰ ਨਹੀਂ ਹੋ ਸਕਦੇ, ਪੰਜਾਬ ਦੇ ਵਿੱਚ ਕਿਸਾਨ 70% ਹੈ, ਮਜ਼ਦੂਰ ਅਤੇ ਕਿਸਾਨ ਜਿਹੜੇ ਕਿਸਾਨੀ ਨਾਲ ਲਿੰਕਡ ਆ 70% ਹੈ। ਪਰ ਉਹ ਮੇਰੇ ਵੀਰ ਹੈ, ਅਸੀਂ ਵੀ ਉਹਨਾਂ 'ਚੋਂ ਹਾਂ, ਉਹ ਕੱਲ੍ਹ ਮੇਰੀ ਰੈਲੀ 'ਚ ਬੈਠੇ ਸੀ, ਮੈਨੂੰ ਅਪੋਜ਼ ਨਹੀਂ ਕਰ ਰਹੇ, ਮੈਨੂੰ ਅਪੋਜ਼ ਜਿਹੜਾ ਕਰ ਰਹੇ ਆ। ਦੇਖੋ ਹੈਲੀਕਾਪਟਰ ਕਿਹਨੇ ਨਹੀਂ ਉਤਰਨ ਦਿੱਤਾ? ਕਿਸਾਨਾਂ ਨੇ ਨਹੀਂ ਉਤਰਨ ਦਿੱਤਾ, ਇਹ ਤਾਂ ਆਪ ਅਤੇ ਬਾਦਲਾਂ ਦੇ ਕੰਮ ਹੈ। ਮੇਰੀ ਰਿਟਾਇਰਮੈਂਟ ਕਿਹਨੇ ਰੋਕੀ? ਆਪ ਪਾਰਟੀ ਨੇ ਰੋਕੀ। ਸੋ ਹਰ ਜਿੰਨੀਆਂ ਵੀ ਰੁਕਾਵਟਾਂ, ਇਹ ਬਾਦਲਾਂ ਦੀਆਂ ਕਰਤੂਤਾਂ ਜਾਂ ਭਗਵੰਤ ਮਾਨ ਦੀਆਂ? ਜਿਹੜੇ ਕਿਸਾਨ ਬਾਰਡਰਾਂ ਦੇ ਉੱਪਰ ਅੱਜ ਵੀ ਬੈਠੇ ਆ ਜੀ, ਧਰਨਾ ਦਿੱਤਾ ਪਿਛਲੇ ਦਿਨੀ, ਉਹ ਕਹਿੰਦੇ ਵੀ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹਾਂ, ਕਿਉਂਕਿ ਬੀਜੇਪੀ ਦੀ ਸਰਕਾਰ ਦੇ ਹੋਣ ਦੇ ਬਾਵਜੂਦ ਬਹੁਤ ਸਾਰੀਆਂ ਮੰਗਾਂ ਨੂੰ ਮੰਨ ਲਿਆ ਸੀ ਪਰ ਉਹ ਅਪਲਾਈ ਨਹੀਂ ਕੀਤੀਆਂ ਗਈਆਂ। ਤਾਂ ਕਿਸ ਤਰ੍ਹਾਂ ਵੇਖਦੇ ਹੋ ਉਹਨਾਂ ਦੀਆਂ ਮੰਗਾਂ ਨੂੰ? ਕਿਸ ਤਰ੍ਹਾਂ ਵੇਖਦੇ ਹੋ, ਜਾਇਜ਼ ਨੇ ਜਾਂ ਬੈਠੇ ਨੇ ਜਾਂ ਕਿਸ ਤਰ੍ਹਾਂ ਨੇ? ਮੈਂ ਨਵੀਂ ਕੈਂਡੀਡੇਟ ਹਾਂ, ਮੈਂ ਇਹੀ ਕਹਿ ਰਹੀ ਹਾਂ ਕਿ ਮੈਂ ਖੁਦ ਕਿਸਾਨ ਹੋਣ ਦੇ ਨਾਤੇ ਉਹਨਾਂ ਦੀਆਂ ਜੋ ਵੀ ਜਾਇਜ਼ ਮੁਸ਼ਕਲਾਂ ਹੋਣਗੀਆਂ ਗੱਲਬਾਤ ਕਰਕੇ ਹੱਲ ਕਰਾਂਗੇ। ਮੈਨੂੰ ਸਰਕਾਰ ਦਾ ਪਾਰਟ ਬਣਨ ਦਿਓ, ਉਹਨਾਂ ਦੇ ਨਾਲ ਡਟ ਕੇ ਖੜਾਂਗੇ ਕਿਸਾਨਾਂ ਦੇ ਨਾਲ। ਪਰ ਆਹ ਜਿਹੜੇ ਤੁਰੇ ਫਿਰਦੇ ਆ, ਇਹ ਬਾਦਲਾਂ ਦੇ ਬੰਦੇ। ਤਾਂ ਜੇ ਮਲੂਕਾ ਸਾਹਿਬ ਦੀ ਗੱਲ ਕਰੀਏ ਤਾਂ ਅਸੀਂ ਇਹਨਾਂ ਦਿਨੀ ਕਹਿ ਰਹੇ ਆ ਵੀ ਮਲੂਕਾ ਸਾਹਿਬ ਕਹਿੰਦੇ ਵੀ ਵਿਦੇਸ਼ ਗਏ ਹੋਏ ਨੇ, ਇਲੈਕਸ਼ਨ ਦਾ ਟਾਈਮ ਹੋਵੇ, ਇਲੈਕਸ਼ਨ ਦੇ ਟਾਈਮ ਵਿਦੇਸ਼ ਜਾਣਾ ਕਿੰਨਾ ਕੁ ਲੱਗਦਾ? ਵਿਦੇਸ਼ ਨਹੀਂ ਗਏ ਹੋਏ ਜੀ, ਮੇਰੀ ਸਪੋਰਟ ਕਰ ਰਹੇ ਆ। ਉਹ ਸਮਝ ਚੁੱਕੇ ਆ ਕਿ ਬੀਜੇਪੀ ਹੀ ਐਸੀ ਪਾਰਟੀ ਹੈ ਜਿਹਦਾ ਵਿਜ਼ਨ ਹੈ, ਬੀਜੇਪੀ ਕੋਲ ਸਟਰੋਂਗ ਪ੍ਰਧਾਨ ਮੰਤਰੀ ਹੈ, ਬੀਜੇਪੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਵਿਕਾਸ ਕਰ ਸਕਦੀ ਹੈ, ਅਮਨ ਸ਼ਾਂਤੀ ਲਿਆ ਸਕਦੀ ਹੈ। ਉਹ ਹੁਣ ਉਸ ਚੀਜ਼ ਤੋਂ ਪੂਰੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਵੀ ਬੀਜੇਪੀ ਹੀ ਵਧੀਆ ਸਰਕਾਰ ਪੰਜਾਬ ਨੂੰ ਦੇ ਸਕਦੀ ਹੈ, ਸਾਡੀ ਉਹ ਸਪੋਰਟ ਕਰ ਰਹੇ ਆ, ਕਿਤੇ ਨਹੀਂ ਗਏ, ਸਾਡੀ ਸਪੋਰਟ ਕਰ। ਮਨਪ੍ਰੀਤ ਬਾਦਲ ਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬੀਜੇਪੀ ਦੇ ਵਿੱਚ ਸ਼ਾਮਿਲ ਨੇ, ਬਠਿੰਡਾ ਦੇ ਵਿੱਚ ਉਹਨਾਂ ਦਾ ਚੰਗਾ ਪ੍ਰਭਾਵ ਹੈ, ਪਰ ਨਜ਼ਰ ਨਹੀਂ ਆ ਰਹੇ, ਨਾ ਚੋਣ ਮੁਹਿੰਮ ਦੇ ਵਿੱਚ ਨਜ਼ਰ ਆਏ, ਨਾ ਕਿਤੇ ਹੋਰ। ਪਿਛਲੇ ਦਿਨੀ ਥੋੜ੍ਹੀਆਂ ਫੋਟੋਆਂ ਜ਼ਰੂਰ ਆਈਆਂ, ਪਰ ਉਹ ਕਹਿੰਦੇ ਵੀ ਹੋਰ ਕਿਤੋਂ ਦੀਆਂ ਫੋਟੋਆਂ ਸੀ, ਪਰ ਬਠਿੰਡਾ ਦੀਆਂ ਫੋਟੋਆਂ ਨਹੀਂ ਨਜ਼ਰ ਆਉਂਦੀਆਂ। ਨਹੀਂ, ਉਹ ਦੇਖੋ ਬਿਮਾਰ ਹੈ, ਇਹ ਪੱਕੀ ਗੱਲ ਹੈ ਕਿ ਉਹ ਬਿਮਾਰ ਹੈ, ਉਹਨਾਂ ਦੇ ਸਟੰਟ ਪਏ ਹੈ, ਹਾਰਟ ਦੀ ਉਹਨਾਂ ਨੂੰ ਪ੍ਰੋਬਲਮ ਆਈ ਹੈ। ਸੋ ਮੈਂ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਮੇਰੀ ਵਾਸਤੇ ਚੋਣ ਕੰਪੇਨ ਡਾਇਰੈਕਟਲੀ ਆ ਕੇ ਕਰਨ, ਪਰ ਉਹਨਾਂ ਦੀ ਸਪੋਰਟ ਮੈਨੂੰ ਮਿਲੀ ਹੋਈ ਹੈ, ਮੇਰੇ ਨਾਲ ਫੋਨ 'ਤੇ ਗੱਲ ਹੁੰਦੀ ਰਹਿੰਦੀ ਹੈ। ਸੋ ਉਹ ਮੇਰੇ ਹੱਕ ਦੇ ਵਿੱਚ ਹੀ ਹੈਗੇ ਨੇ, ਬੀਜੇਪੀ ਦੇ ਆਫਟਰਆਲ ਬੀਜੇਪੀ 'ਚ ਤਾਂ ਬੀਜੇਪੀ ਦੀ ਹੀ ਸਪੋਰਟ ਕਰਨਗੇ। ਕੁਝ ਕੁਝ ਮੌਜੂਦਾ MC ਸਾਬਕਾ ਮੇਅਰ ਉਹਨਾਂ ਦੇ ਟੱਚ ਦੇ ਵਿੱਚ ਸੀ, ਉਹ ਵੀ ਤੁਹਾਡੀ ਮਦਦ ਦੇ ਵਿੱਚ ਆਉਂਦੇ ਆ ਜਾਂ ਉਹ ਕਿਸ ਤਰ੍ਹਾਂ ਨਹੀਂ ਹੋਣਾ? ਕਿਉਂਕਿ ਉਹ ਨਾ ਤਾਂ ਕਾਂਗਰਸ ਪਾਰਟੀ ਦੇ ਵਿੱਚ ਨੇ, ਉਹਨਾਂ ਨੂੰ ਕਾਂਗਰਸ ਪਾਰਟੀ 'ਚੋਂ ਕੱਢਿਆ, ਪਰ ਉਹ ਮਨਪ੍ਰੀਤ ਬਾਦਲ ਦੇ ਬਿਲਕੁਲ ਕਹਿ ਸਕਦੇ ਵੀ ਨਜ਼ਦੀਕੀ ਸੀ। ਦੇਖੋ ਉਹਨਾਂ ਦੇ ਕੌਣ ਨਜ਼ਦੀਕੀ ਸੀ, ਕੌਣ ਨਹੀਂ ਨਜ਼ਦੀਕੀ ਸੀ, ਇਸ ਬਾਰੇ ਤਾਂ ਬਾਦਲ ਸਾਹਿਬ ਹੀ ਦੱਸ ਸਕਦੇ ਆ। ਸਾਡੀ ਗੱਲ ਬਾਦਲ ਸਾਹਿਬ ਨਾਲ ਹੁੰਦੀ ਰਹਿੰਦੀ ਹੈ, ਉਹ ਵੀ ਆਪਦੇ ਸਪੋਰਟਰਾਂ ਨਾਲ ਗੱਲ ਕਰਦੇ ਰਹਿੰਦੇ ਆ, ਪਰ ਉਹਨਾਂ ਦੇ ਕੌਣ ਜ਼ਿਆਦਾ ਨਜ਼ਦੀਕ ਹੈ ਇਸ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ। ਇਹ ਸਨ ਬੀਬਾ ਪਰਮਪਾਲ ਕੌਰ ਮਲੂਕਾ ਜੀ, ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਤੱਕ ਦੱਸੀਆਂ ਅਤੇ ਚੋਣ ਮੁਹਿੰਮ ਕਿਸ ਤਰ੍ਹਾਂ ਚੱਲ ਰਹੀ ਆ। ਮੈਂ ਬਠਿੰਡਾ ਤੋਂ ਹਰੀ ਦੇ ਨਾਲ ਜੱਸੀ ਬਰਾੜ, ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਜੀ।